ਨਿਊਟਨ ਦੇ ਤੀਸਰੇ ਲਾਅ ਆਫ ਮੋਸ਼ਨ ਨੂੰ ਸਮਝਣ ਲਈ ਇਹ ਜ਼ਬਰਦਸਤ ਘੁੰਮਦੀ ਬੋਤਲ ਮਦਦ ਕਰਦੀ ਹੈ। ਇਸ ਲਈ ਤੁਹਾਨੂੰ ਚਾਹੀਦਾ ਹੈ ਇੱਕ ਪੁਰਾਣੀ ਪਲਾਸਟਿਕ ਬੋਤਲ, ਕੁਝ ਸਟਰਾ, ਧਾਗਾ ਤੇ ਗੂੰਦ। ਬੋਤਲ ਦੇ ਤਲੇ ਕੋਲ 5 ਸੈਂਟੀਮੀਟਰ ਤੇ 2 ਸੁਰਾਖ ਕਰੋ। ਇਸ ਵਿੱਚ 2 ਸਖਤ ਸਟਰਾ ਪਾਓ। ਇਹਨਾਂ ਸੁਰਾਖਾਂ ਨੂੰ ਤਿਰਛਾ ਕੱਟ ਲਗਾਓ। ਜੋੜ ਤੇ ਐਮਸੀ ਲਗਾਓ ਤਾਂ ਕਿ ਲੀਕ ਨਾ ਹੋਵੇ। ਸਟਰਾ ਦੇ ਸਿਰੇ 45 ਡਿਗਰੀ ਦੇ ਕੱਟੇ ਹਨ ਤੇ ਉਹ ਇੱਕ ਦੂਜੇ ਤੋਂ ਉਲਟ ਦਿਸ਼ਾ ਵਿੱਚ ਹਨ। ਐਮਸਿਲ ਸੁੱਕਣ ਤੇ ਬੋਤਲ ਦੇ ਮੂੰਹ ਤੇ ਇੱਕ ਧਾਗਾ ਬੰਨ ਦਿਓ। ਦੋਨਾਂ ਸੁਰਾਖਾਂ ਨੂੰ ਬੰਦ ਕਰੋ ਤੇ ਬੋਤਲ ਨੂੰ ਸਿੱਧਾ ਪਕੜੋ। ਪਾਣੀ ਨਾਲ ਭਰੋ ਤੇ ਫਿਰ ਧਾਗੇ ਤੋਂ ਪਕੜ ਕੇ ਬੋਤਲ ਉਠਾਓ। ਤੁਸੀਂ ਹੈਰਾਨ ਹੋਵੋਗੇ, ਪਾਣੀ ਸੁਰਾਖਾਂ ਵਿੱਚੋਂ ਨਿਕਲਦਾ ਹੈ ਤੇ ਇਸ ਨਾਲ ਬੋਤਲ ਤੇਜ਼ੀ ਨਾਲ ਘੁੰਮੇਗੀ। ਜਦੋਂ ਬੋਤਲ ਪੂਰੀ ਭਰੀ ਹੋਵੇਗੀ ਤਾਂ ਬਹੁਤ ਤੇਜ਼ ਘੁੰਮੇਗੀ, ਪਰ ਜਿਵੇਂ ਹੀ ਪਾਣੀ ਘਟੇਗਾ ਤਾਂ ਸਪੀਡ ਘੱਟ ਜਾਵੇਗੀ। ਅੰਤ ਵਿੱਚ ਜਦੋਂ ਸਾਰਾ ਪਾਣੀ ਨਿਕਲ ਜਾਵੇਗਾ ਤਾਂ ਬੋਤਲ ਰੁਕ ਜਾਵੇਗੀ। ਫਿਰ ਬੋਤਲ ਭਰ ਕੇ ਇਸ ਦੇ ਘੁੰਮਣ ਦਾ ਆਨੰਦ ਲਓ। ਪਾਣੀ ਦੇ ਨਿਕਲਣ ਨਾਲ ਬੋਤਲ ਘੁੰਮਦੀ ਹੈ। ਇਹ ਨਿਊਟਨ ਦੇ ਤੀਸਰੇ ਲਾਅ ਤੇ ਪੂਰੀ ਉਤਰਦੀ ਹੈ। ਇਹੀ ਸਿਧਾਂਤ ਰਾਕਟ ਵਿੱਚ ਵੀ ਇਸਤੇਮਾਲ ਹੁੰਦਾ ਹੈ। ਸਾਇੰਸ ਦੇ ਇਸ ਮਾਡਲ ਨੂੰ ਬਣਾਉਣ ਲਈ ਬਹੁਤ ਘੱਟ ਪੈਸੇ ਚਾਹੀਦੇ ਹਨ ਤੇ ਫਿਰ ਉਠਾਓ ਪੁਰਾਣੀ ਬੋਤਲ ਤੇ ਘੁਮਾਓ।